ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਤਿਕਾਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਕਰ ਰਹੇ ਸਤ ਸੰਗੀ ਜਨ ਜਿੱਥੇ ਆਪ ਜੀ ਨੇ ਨਿਤਨੇ ਬਾਣੀਆਂ ਦੇ ਪਾਠ ਸ਼ਰਵਣ ਕੀਤੇ ਉਪਰੰਤ ਮੇਰੇ ਵੀਰਾਂ ਨੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਾਨੂੰ ਸ਼ਰਵਣ ਕਰਵਾਇਆ ਹੈ। ਉਪਰੰਤ ਭਾਈ ਪੁਸ਼ਪਿੰਦਰ ਸਿੰਘ ਜੀ ਨੇ ਕੁਝ ਸਮੇਂ ਲਈ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦਾ ਦੀਵਾਨ ਸਿੱਖੀ ਲਹਿਰ ਦੇ ਜਥੇ ਵੱਲੋਂ ਸਜਾਇਆ ਜਾ ਰਿਹਾ ਹੈ। ਆਪ ਜੀ ਦੇ ਸਹਿਯੋਗ ਸਦਕਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਿੱਖੀ ਲਹਿਰ ਦੇ ਸਮੂਹ ਜਥੇ ਵੱਲੋਂ ਆਈ ਹੋਈ ਸਮੂਹ ਸਾਧ ਸੰਗਤ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਔਰ ਫਤਿਹ ਦੇ ਨਾਲ ਇਸ ਦੀਵਾਨ ਦੀ ਆਰੰਭਤਾ ਕਰਦੇ ਹਾਂ। ਸਰਬੱਤ ਮਾਈ ਭਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਇਸ ਇਲਾਕੇ ਦੇ ਵਿੱਚ ਅਸੀਂ ਪਹਿਲੀ ਵਾਰ ਆਏ ਹਾਂ। ਮੈਂ ਥੋੜ੍ਹੀ ਜਿਹੀ ਇਸ ਜਥੇ ਬਾਰੇ ਔਰ ਜੋ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਉਸ ਬਾਰੇ ਬੇਨਤੀ ਕਰਕੇ ਅਤੇ ਅਗਲਾ ਜਿਹੜਾ ਬੁਲਾਰਾ ਹੈ ਉਸਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। 1996 ਦੇ ਵਿੱਚ ਲੁਧਿਆਣੇ ਦੀ ਧਰਤੀ 'ਤੇ ਗੁਰਮੁਖ ਗਿਆਨ ਮਿਸ਼ਨਰੀ ਕਾਲਜ ਸਥਾਪਿਤ ਹੋਇਆ ਜਿਸ ਦਾ ਮਕਸਦ ਸੀ ਕਿ ਸੰਸਾਰ ਨੂੰ ਪੜ੍ਹੇ ਲਿਖੇ ਔਰ ਸਿਧਾਂਤਕ ਰਹਿਤ ਮਰਿਆਦਾ ਦੇ ਉੱਪਰ ਪਹਿਰਾ ਦੇਣ ਵਾਲੇ ਪ੍ਰਚਾਰਕ ਤਿਆਰ ਕੀਤੇ ਜਾਣ। 8-10 ਵਿਦਿਆਰਥੀਆਂ ਦੇ ਨਾਲ ਉਹ ਕਾਲਜ ਆਰੰਭ ਹੋਇਆ ਸੀ ਅਤੇ ਅੱਜ ਲਗਭਗ ਉੱਥੇ 130-135 ਦੇ ਕਰੀਬ ਨੌਜਵਾਨ ਹਰ ਸਾਲ ਗੁਰਮਤਿ ਦੀ ਵਿੱਦਿਆ ਹਾਸਲ ਕਰਦੇ ਨੇ ਪ੍ਰਚਾਰ ਦੇ ਖੇਤਰ ਵਿੱਚ ਸੇਵਾਵਾਂ ਨਿਭਾਉਣ ਵਾਸਤੇ। ਇਸ ਤੋਂ ਇਲਾਵਾ ਇੱਕ ਉੱਥੇ ਲੜਕੀਆਂ ਦਾ ਕਾਲਜ ਵੀ ਆਰੰਭ ਕੀਤਾ ਗਿਆ ਹੈ। ਉੱਥੇ ਕੁਝ ਨੌਜਵਾਨ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਗੁਰਮਤਿ ਦੀ ਵਿੱਦਿਆ ਹਾਸਲ ਕਰ ਰਹੀਆਂ ਨੇ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਭਾਵੇਂ ਕਿ ਆਰੰਭਤਾ ਤੋਂ ਹੀ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੇ ਅੰਦਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ, ਚਾਹੇ ਉਹ ਗੁਰਮਤਿ ਕਲਾਸਾਂ ਦੇ ਰੂਪ ਵਿੱਚ ਹੋਵੇ, ਚਾਹੇ ਗੁਰਮਤਿ ਸਿਖਲਾਈ ਕੈਂਪ ਹੋਣ ਅਤੇ ਜਾਂ ਗੁਰੂ ਪ੍ਰਚਾਰ ਕੇਂਦਰ ਲਿਟਰੇਚਰ ਦੇ ਤੌਰ 'ਤੇ ਹੋਵੇ। ਬਹੁਤ ਸਾਰੀਆਂ ਇਹ ਛੋਟੇ ਛੋਟੇ ਜਿਹੜੇ ਯਤਨ ਉਹ ਕੀਤੇ ਗਏ ਨੇ। ਜਿੱਥੇ ਅਸੀਂ ਗੁਰਮਤਿ ਸਿਖਲਾਈ ਕੈਂਪ ਆਯੋਜਿਤ ਕਰਦੇ ਹਾਂ, ਇਹ ਜਿਹੜੇ 2 ਮਹੀਨੇ ਮਈ ਅਤੇ ਜੂਨ ਅਸੀਂ ਵਿਸ਼ੇਸ਼ ਤੌਰ 'ਤੇ ਚੋਣ ਕੀਤੀ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਵਿੱਚ ਉੱਥੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ, ਇੱਥੇ ਸਰਦੀਆਂ ਦੀਆਂ, ਉੱਥੇ ਗਰਮੀਆਂ ਦੇ ਵਿੱਚ 1.5-2 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਨੇ ਔਰ ਸਾਰੇ ਬੱਚੇ ਨੌਜਵਾਨ ਫਰੀ ਹੁੰਦੇ ਨੇ। ਉਹਨਾਂ ਵਾਸਤੇ ਅਸੀਂ ਜਦੋਂ ਗੁਰਮਤਿ ਕੈਂਪ ਆਯੋਜਿਤ ਕੀਤੇ ਅਤੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਬੱਚੇ ਕੈਂਪਾਂ ਦੇ ਵਿੱਚ ਉਹ ਸਿੱਖ ਕੇ ਜਾਂਦੇ ਨੇ, ਜਦੋਂ ਉਹ ਘਰ ਵਿੱਚ ਜਾ ਕੇ ਚਰਚਾ ਕਰਦੇ ਨੇ ਜਾਂ ਆਪਣੇ ਮਾਂ ਬਾਪ ਨੂੰ ਰੋਕਦੇ ਨੇ ਕਿ ਸਾਨੂੰ ਇਹ ਬਾਣੀ ਦੱਸਦੀ ਹੈ ਕਿ ਭਾਈ ਤੁਸੀਂ ਨਸ਼ਾ ਨਹੀਂ ਵਰਤਣਾ, ਤੁਸੀਂ ਕੇਸ ਕਤਲ ਨਹੀਂ ਕਰਨੇ, ਜਦੋਂ ਇਹ ਸਮਾਜਿਕ ਬੁਰਾਈਆਂ ਉਹ ਘਰ ਜਾ ਕੇ ਚਰਚਾ ਕਰਦੇ ਨੇ ਤਾਂ ਫਿਰ ਕਈ ਵਾਰ ਜਿਹੜੇ ਮਾਂ ਬਾਪ ਨੇ ਉਹਨਾਂ ਦੇ ਨਾਲ ਝਗੜਦੇ ਨੇ ਕਿ ਤੁਸੀਂ ਜ਼ਿਆਦਾ ਸਿਆਣੇ ਹੋ ਗਏ। ਸੋ ਅਸੀਂ ਇਸ ਪਾੜੇ ਨੂੰ ਖਤਮ ਕਰਨ ਵਾਸਤੇ ਕਿ ਮਾਪਿਆਂ ਅਤੇ ਬੱਚਿਆਂ ਦੇ ਦਰਮਿਆਨ ਤਾਲਮੇਲ ਬੈਠ ਸਕੇ, ਦੋਵਾਂ ਦੀ ਸੋਚ ਇੱਕੋ ਜਿਹੀ ਹੋਵੇ ਤਾਂ ਕਿ ਬਹੁਤ ਛੇਤੀ ਨਾਲ ਅੱਗੇ ਵਧਿਆ ਜਾ ਸਕੇ, ਇਹਦੇ ਵਾਸਤੇ ਇਹ ਜਿਹੜੇ 2 ਮਹੀਨੇ ਕਾਲਜ ਦਾ ਸਮੂਹ ਸਟਾਫ ਔਰ ਵਿਦਿਆਰਥੀ ਵੱਖ ਵੱਖ ਟੀਮਾਂ ਬਣਾ ਕੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਸਕੂਲਾਂ ਕਾਲਜਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਅਤੇ ਇਹ ਜਿਹੜੇ 4 ਜਾਂ 5 ਰੋਜ਼ਾ ਗੁਰਮੁਖ ਸਿਖਲਾਈ ਕੈਂਪ ਆਯੋਜਿਤ ਕੀਤੇ ਜਾਂਦੇ, ਬੱਚਿਆਂ ਵਾਸਤੇ ਕੈਂਪ ਸਨ, ਵੱਡੀ ਸੰਗਤ ਵਾਸਤੇ ਇਹ ਜੋ ਸਿੱਖੀ ਲਹਿਰ ਬੈਨਰ ਇਹਦੇ ਹੇਠ ਇਹ ਜਿਹੜੇ ਯਤਨ ਆਰੰਭ ਕੀਤੇ ਗਏ ਕਿ ਜਿਹੜੇ ਨੌਜਵਾਨ ਹਨ ਔਰ ਸਿਆਣੀ ਸੰਗਤ ਹੈ, ਮਾਪੇ ਹਨ ਜਿਹੜੇ, ਉਹਨਾਂ ਦੇ ਨਾਲ ਗੁਰਬਾਣੀ ਇਤਿਹਾਸ ਦੀ ਚਰਚਾ ਛੇੜੀ ਜਾਵੇ, ਉਹਦੇ ਵਾਸਤੇ ਇਹ ਛੋਟਾ ਜਿਹਾ ਯਤਨ ਕੀਤਾ ਗਿਆ। ਇਹਦੇ ਅੰਦਰ ਜਿੱਥੇ ਆਮ ਤੌਰ 'ਤੇ ਅਸੀਂ ਕਥਾ ਵਿਚਾਰ ਸ਼ਰਵਣ ਕਰਦੇ ਹਾਂ, ਉਹਦੇ ਤੋਂ ਇਲਾਵਾ ਅਸੀਂ 2 ਹੋਰ ਕੰਮ ਨਾਲ ਜੋੜੇ ਨੇ ਤਾਂ ਕਿ ਸਾਨੂੰ ਗੁਰਮਤਿ ਥੋੜ੍ਹੇ ਸਮੇਂ ਦੇ ਵਿੱਚ ਜ਼ਿਆਦੀਆਂ ਚੀਜ਼ਾਂ ਦਾ ਪਤਾ ਲੱਗ ਸਕੇ, ਸਾਡੀਆਂ ਦੁਬਦਾਵਾਂ ਖਤਮ ਹੋ ਸਕਣ, ਅਸੀਂ ਏਕਤਾ ਦੇ ਸੂਤਰ ਵਿੱਚ ਪਰੋਏ ਜਾ ਸਕੀਏ। ਉਹਦੇ ਵਾਸਤੇ ਅਸੀਂ ਕੁਝ ਸਮਾਂ ਜਿੱਥੇ ਕਥਾ ਵਿਚਾਰ ਹੋਣੀ ਹੈ, ਬਾਅਦ ਵਿੱਚ ਵਿਚਾਰ ਚਰਚਾ ਵਿਚਾਰ ਵਟਾਂਦਰਾ ਜਿਸ ਨੂੰ ਅਸੀਂ ਕਹਿੰਦੇ, ਉਹਦੇ ਵਾਸਤੇ ਰੱਖਿਆ ਗਿਆ। ਉਹਦੇ ਵਿੱਚ ਕੀ ਹੁੰਦਾ ਹੈ ਕਿ ਸੰਗਤ ਵੱਲੋਂ ਗੁਰਬਾਣੀ ਇਤਿਹਾਸ ਮਰਯਾਦਾ ਦੇ ਨਾਲ ਸੰਬੰਧਿਤ ਜੇਕਰ ਕੋਈ ਮਨ ਦੇ ਵਿੱਚ ਦੁਬਧਾ ਹੋਵੇ ਕਿ ਜੇ ਅਸੀਂ ਬਾਣੀ ਪੜ੍ਹਨੀ ਹੈ
तां सहज पाठ किवें आरंभ करना है, समाप्ति किवें करनी है, सानू अर्थ भाव किवें पता लगन, साडा जिहड़ा जन्म संस्कार है, आनंद संस्कार है, जां कोई पुरानी चढ़ाई कर जांदा है तां उदों गुरमुख सानू किस तरह की अगवाई देंदी है, किहड़े-किहड़े कर्म मनमत हन जिन्हां दा त्याग करना है, सतगुरु जी सानू की समझाउंदे ने, सानू की उपदेश करदे ने, जिन्हां गल्लां नू असीं अपना के ते जिंदगी दे अंदर आनंदमई सुखदाई जीवन बतीत कर सकते हैं, साडा जीवन सुखाला हो सकता है। उहदे वास्ते असीं कीता है कि जिहड़े आप जी दे सवाल होणगे उहनां नू इत्थे गुरबाणी दे आधार तों विचारिया जाएगा। इसलिए बेनती है कि आप जी दे मन विच विचारां श्रवण करदिआं होइआं कोई भी सवाल होवे, कोई भी दुविधा होवे तां किरपा करके नोट करके ते सानूं इत्थे स्टेज ते पहुँचा दिओ, बाद विच उहदे उत्ते विचार पेश कीती जाएगी। जिथे ये जतन नाल नाल हो रहा उथे तुसीं बाहर देखिया होगा कि गुरमत साहिब का स्टाल भी असीं लगाया। आम तौर पर जदों वड्डे वड्डे धार्मिक स्थानों के उत्ते असीं जांदे हाँ और गुरपुरब मनाए जाते हैं, जोड़ मेले लगते हैं, तो असीं उत्थे जा के कुछ ना कुछ अपने बच्चों खरीद के देंदे हाँ जां आप लेके आते हैं, तो उहदे विचों बहुतियां चीज़ां वो होंदियां ने, जां तां बच्चों के खिडौने होंदे ने, तो जे वध तों वध कोई खरीददा कोई मठियाई खरीद लवेगा जां किसी बाबे की मनोकल्प फोटो खरीद के लै आएगा, कोई माला धागा तवीत लै आएगा उत्थों, इस तरह दीआं जिहड़ियां चीज़ां ने जां राशी फल खरीद के लै आउणगे, जां असीं ऐसे गुटके चाहुंदे आ, ऐसियां किताबां चाहुंदे आ कि फलाना शब्द पढ़िया साडे घर दे अंदर धन दौलत आ जाए, फलाना शब्द उहदा जाप करन दे नाल साडे जिहड़े दुख वो कट्टे जाण, असीं इहो जिहियां चीज़ां खरीद के लै आउंदे आ जिहदे नाल साडा जीवन सौखा तां की होणा, असीं होर दुविधा दे अंदर फस जांदे आ, होर वहम भरम भुलेखे जिहड़े वो साडे अंदर आ जांदे ने। सो बाहर असीं गुरमुख साहिब का स्टाल नाल लगाया गया है कि जिथों तुसीं नितनेम बाणियां जिवें असीं महीनावार जदों महीना आरंभ हुंदा है तो बारह माह का पाठ श्रवण करदे हां उहदे अर्थ भाव की बणदे ने, उहदे वास्ते सानूं यतन करना पएगा कि अर्थां समेत असीं उहनां बाणियां नूं पढ़ीए। सो इह बहुत सारियां जिहड़ियां बाणियां ने उहनां दे स्टीक बाहर मौजूद ने, भाई कान सिंह नाभा जी की पुस्तक हम हिंदू नहीं, क्योंकि सानू यह भी पता होना चाहिए कि असी सिख हाँ न्यारे हाँ तो किड़े कर्म ने जेडे साडे दूसरे मतां नालों न्यारे ने, तो वो जी पुस्तक है वह भी सानू जरूर उतों प्राप्त करनी चाहिए है। और प्रोफेसर साहब सिंह जी दी सिख सिदक ना हारे ये जिहड़ियां किताबां और सिख रहत मर्यादा की विचार जां ज्ञानी गुरबचन सिंह होना वालों जिहड़ियां लिखियां गईयां पुस्तकां खास तौर पर अज्ञान पूजा की असी न्यारे खालसे हाँ ये पुस्तकां सानू उत्थों जरूर ले जानियां चाहीदियां ने। इस तों अलावा उत्थे आडियो वीडियो सीडीज़ हन, ते जे तुसीं चाहो कि हर महीने तुसीं इन्हां विचारां नू आप पढ़ सको आप विचार सको तो उहदे वास्ते असीं उपराला कीता है कि गुरमत विरसा मैगजीन जिहड़ा कि महीनावारी गुरमत ज्ञान मिशनरी कॉलेज वालों प्रकाशित किया जाता है, वह साल का चंदा केवल 150 रुपया, जेकर तुसीं वह अज बुक करवा देंदे हो तो हर महीने अपने आप तुहाडे घरां विच आ जाएगा। उहदे विच गुरबाणी की विचार है, नौजवानों वास्ते है, पत उन्हें नशियां तो मार तो असीं किवें अपना बचाव करना है, साडा खालसाई विरसा की है, उहदे वापस बहुत सारिया विचारों के अंदर लगातार छापिया जा। सो मैं हुण आप जी का बहुता समा ना लवां, भाई हरजिंदर सिंह होणा नूं बेनती करांगा कि वह आप जी दे नाल अगलेरे विचार सांझे करन। उस तो पहले एक छोटी जी बेनती कि जिथे स्थानक संगत इस समय इस दीवान दे विच हाजरी भर रही है, विचारां श्रवण कर रही है, उत्थे एक सिखी लहर दे जत्थे वालों यह जतन आरंभिया गया है कि इन्हां विचारां नूं वध तों वध संगत तक पहुँचाया जाए, जिहड़े सुनना चाहुंदे ने इस तरह दीआं विचारां तो उन्हां वास्ते सिखी लहर रेडियो जिहड़ा कि इंटरनेट माध्यम राही चलता है तुसीं अपने घरां दे अंदर इस समागम नूं लाइव सुन सकते हो। इस समय भी ये जिहड़ा समागम चल रहा है इहदा सीधा प्रसारण हो रहा है सिखीलहर.com गुरमतगयान.com ये दो वैबसाइट ने। इस तों अलावा जिन्हां दे कोल आईपैड आईफोन जां एंड्रॉयड फोन हन वह ऐप स्टोर में जाके सिखी लहर रेडियो जिहड़ी एप्लीकेशन है उन्हूं डाउनलोड कर सकते हैं, तो लाइव इन्हां विचारां नूं श्रवण कर सकते हैं। 24 घंटे इंटरनेट के द्वारा ये रेडियो चलता है जी। आओ भाई हरजिंदर सिंह जी सवरा उन्हां पासों गुरमत विचारां श्रवण करिए जी। वाहेगुरु जी का खालसा
वाहेगुरु जी की।